ਵਿਧਾਨ ਸਭਾ ਚੋਣਾਂ 2017 ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ SSP ਸ਼੍ਰੀ ਵਿਵੇਕਸ਼ੀਲ ਸੋਨੀ ਨੇ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਪੱਤਰਕਾਰਾਂ ਨਾਲ ਇੱਕ ਮੀਟਿੰਗ ਕੀਤੀ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣਾਂ ਦੌਰਾਨ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। SSP ਸ਼੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਚੋਣਾਂ ਸੰਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਨਹੀਂ ਹੋਣ ਦਿੱਤੀ ਜਾਵੇਗੀ। ਵਿਧਾਨ ਸਭਾ ਇਲੈਕਸ਼ਨ ਦੇ ਸੰਬੰਧ ਵਿੱਚ ਠੋਸ ਪ੍ਰਬੰਧ ਕੀਤੇ ਜਾ ਰਹੇ ਨੇ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਤੇ ਇਹਦੇ ਵਿੱਚ ਆਪਣੇ DC ਸਾਹਿਬ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਸਾਰੀ ਇਕੱਠੀ ਹੋ ਕੇ ਅਸੀਂ ਇਸ ਵੱਲ ਗੱਲ ਦੇ ਪ੍ਰਬੰਧ ਹੈ ਵੀ ਅਸੀਂ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਾਵਾਂਗੇ। ਸਰ ਪੁਲਿਸ ਦੀਆਂ ਕਿੰਨੀਆਂ ਕੰਪਨੀਆਂ ਮਾਨਸਾ ਕਰ ਸਕੀਆਂ, ਕਿੰਨੀਆਂ ਹੋਰ ਆਉਣਗੀਆਂ? ਅਜੇ ਤੱਕ 3 ਕੰਪਨੀਆਂ ਆਈਆਂ ਨੇ ਅਤੇ ਹਜੇ 3 ਫੇਜ਼ ਵਿੱਚ ਕੰਪਨੀਆਂ ਆਉਣੀਆਂ ਹੈਗੀਆਂ ਅਤੇ ਹਜੇ ਸੈਕਿੰਡ ਫੇਜ਼ ਵਿੱਚ ਕੰਪਨੀ ਆਉਣੀ ਬਾਕੀ ਹੈ ਅਤੇ ਦੇਖਦੇ ਆਪਾਂ ਕਿਸ ਤਰੀਕੇ ਵੀ ਕਿੱਦਾਂ ਕੰਪਨੀ ਸਾਰੀ ਗੁਰੂ ਲੱਗਦੀਆਂ ਨੇ। ਇੱਥੇ ਲਗਭਗ 12,000 ਦੇ ਆਸ ਪਾਸ ਸਸਤਾ ਲਾਇਸੈਂਸ ਹੈਗੇ ਨੇ ਜਿਹਨਾਂ ਦੇ ਵਿੱਚੋਂ 60% ਦੇ ਆਸ ਪਾਸ ਜਮ੍ਹਾਂ ਹੋ ਚੁੱਕੇ ਨੇ ਅਤੇ ਬਾਕੀ ਜਮ੍ਹਾਂ ਕੀਤੇ ਜਾ ਰਹੇ ਨੇ। ਭਾਰਤੀ ਚੋਣ ਕਮਿਸ਼ਨ ਵੱਲੋਂ ਜਨਰਲ ਇਲੈਕਸ਼ਨਸ ਵਿਧਾਨ ਸਭਾ ਪੰਜਾਬ ਲਈ ਆਲਰੇਡੀ ਸ਼ਡਿਊਲ ਅਨਾਊਂਸ ਕੀਤਾ ਜਾ ਚੁੱਕਿਆ, ਉਸ ਸ਼ਡਿਊਲ ਦੇ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਵਿੱਚ ਚੋਣ ਪ੍ਰਬੰਧ ਪੂਰੇ ਮੁਕੰਮਲ ਕਰ ਲਏ ਗਏ ਨੇ। ਮਾਨਸਾ ਜ਼ਿਲ੍ਹੇ ਦੇ ਅੰਦਰ ਕੁੱਲ 3 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਨ੍ਹਾਂ 'ਚੋਂ ਮਾਨਸਾ, ਬੁਢਲਾਡਾ ਜੋ ਕਿ SC ਲਈ ਰਿਜ਼ਰਵ ਹੈ ਅਤੇ ਸਰਦੂਲਗੜ੍ਹ ਜਨਰਲ, ਇਹ 3 ਹਲਕੇ ਨੇ। ਇਹਨਾਂ ਹਲਕਿਆਂ ਦੇ ਵਿੱਚ ਕੁੱਲ 558,597 ਵੋਟਰ ਹਨ, ਜਿਨ੍ਹਾਂ ਦੇ ਵਿੱਚੋਂ 2,97,953 ਜੈਂਟਸ ਪੁਰਸ਼, 2,60,637 ਇਸਤਰੀਆਂ ਅਤੇ ਤੀਜੇ ਲਿੰਗ ਦੇ ਜਿਹੜੇ ਵੋਟਰ ਨੇ 7 ਨੇ ਅਤੇ ਇਹ 100% ਵੋਟਰਾਂ ਨੂੰ ਅਸੀਂ ਜਿਹੜੇ ਹੈਗੇ ਆ ਐਪੀ ਕਾਰਡ ਇਹਨਾਂ ਦੇ ਬਣਾ ਦਿੱਤੇ ਗਏ ਹਨ, ਵੋਟਰ ਆਈਡੈਂਟੀ ਕਾਰਡ। ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 5 ਜਨਵਰੀ ਨੂੰ ਵੋਟਰ ਸੂਚੀ ਦੀ ਪ੍ਰਕਾਸ਼ਨਾ ਕਰਕੇ ਜਿਹੜੀਆਂ ਸਾਡੀਆਂ 9 ਰਿਕੋਗਨਾਈਜ਼ਡ ਪਾਰਟੀਜ਼ ਨੇ ਉਹਨਾਂ ਨੂੰ ਵੋਟਰ ਸੂਚੀਆਂ ਦੀ ਮੁਕੰਮਲ ਜਿਹੜੀ ਕਾਪੀ ਹੈਗੀ ਆ ਉਹ ਹੈਂਡਓਵਰ ਕਰ ਦਿੱਤੀ ਗਈ ਹੈ ਅਤੇ ਉਹਦੀਆਂ CDs ਵੀ ਦੇ ਦਿੱਤੀਆਂ ਗਈਆਂ ਨੇ। ਅਤੇ ਇਲੈਕਸ਼ਨ ਕਮਿਸ਼ਨ ਦੇ ਜਿਹੜਾ ਆਇਆ ਸੀ ਸ਼ਡਿਊਲ ਉਹਦੇ ਮੁਤਾਬਕ ਹੀ ਜਿਹੜੇ ਪੋਲਿੰਗ ਦੇ ਜਿਹੜੇ ਸਟੇਸ਼ਨ ਹਨ ਉਹਨਾਂ ਦੀ ਰੈਸ਼ਨਲਾਈਜੇਸ਼ਨ ਕਰਕੇ ਕੁੱਲ ਸਾਡੇ ਕੋਲ 567 ਜਿਹੜੇ ਹਨ ਬੂਥ ਨੇ ਟੋਟਲ ਜ਼ਿਲ੍ਹੇ ਦੇ ਵਿੱਚ ਬਣਾਏ ਗਏ ਨੇ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੂਰਾ ਸੁਰੱਖਿਆ ਬੰਦੋਬਸਤ ਡਿਪਲੋਇਮੈਂਟ ਪਲਾਨ ਅਸੀਂ ਤਿਆਰ ਕਰ ਲਈ ਹੈਗੀ ਹੈ, ਉਸ ਦੇ ਵਿੱਚ ਇਹ ਹੈ ਸਾਡੇ ਕੋਲ CAPF ਸੈਂਟਰਲ ਆਰਮਡ ਪੁਲਿਸ ਫੋਰਸ ਦੀਆਂ ਜਿਹੜੀਆਂ ਲਗਭਗ 18 ਕੰਪਨੀਜ਼ ਆਉਣ ਦੀ ਉਮੀਦ ਹੈ, ਜਿਨ੍ਹਾਂ 'ਚੋਂ ਕਿ 3 ਕੰਪਨੀਜ਼ ਆਲਰੇਡੀ ਸਾਡੇ ਕੋਲ ਆ ਗਈਆਂ ਨੇ। ਉਸ ਤੋਂ ਇਲਾਵਾ ਸਾਡਾ ਰੈਗੂਲਰ ਪੰਜਾਬ ਪੁਲਿਸ ਦਾ ਜਿਹੜਾ ਸਟਾਫ ਹੈਗਾ ਉਹਨਾਂ ਨੂੰ ਅਤੇ ਇਹਨਾਂ ਨੂੰ ਮਿਕਸ ਕਰਕੇ ਜਿਹੜਾ ਹੈਗਾ ਉਹ ਅਸੀਂ ਡਿਪਲੋਇਮੈਂਟ ਕਰਾਂਗੇ। ਜਿਹੜੇ ਸਾਡੇ 225 ਬੂਥ ਨੇ ਉਹ ਅਸੀਂ ਉਹਨਾਂ 'ਤੇ ਖਾਸ ਸਾਡੀ ਨਿਗਾਹ ਰਹੇਗੀ, ਜਿਹੜੇ ਵਲਨਰੇਬਲ ਹੈਗੇ ਨੇ ਇਹ ਕੁੱਲ 141 ਲੋਕੇਸ਼ਨਸ ਬਣਦੀਆਂ ਨੇ ਅਤੇ ਅਸੀਂ ਪੂਰੇ ਪੁਖਤਾ ਮੁਕੰਮਲ ਇੰਤਜ਼ਾਮ ਕੀਤੇ ਨੇ। ਸਾਡੇ ਸਟੈਟਿਕ ਸਰਵੇਲੈਂਸ ਟੀਮ, ਫਲਾਇੰਗ ਸਕੁਐਡ ਟੀਮ, ਜਿਹੜੀ MC ਸਾਡੀ ਹੈਗੀ ਹੈ ਉਹ ਅਤੇ ਵੀਡੀਓ ਸਰਵੇਲੈਂਸ ਟੀਮਸ ਜਿਹੜੀਆਂ ਨੇ ਪੂਰੀਆਂ ਫੀਲਡ ਦੇ ਵਿੱਚ ਚਲੀਆਂ ਗਈਆਂ ਨੇ। 24 ਰਾਊਂਡ ਦਾ ਕਲੋਕ ਅਸੀਂ ਪੂਰੀ ਬਾਜ਼ ਅੱਖ ਮਾੜੇ ਅੰਸਰਾਂ 'ਤੇ ਰੱਖੀ ਹੋਈ ਹੈ ਅਤੇ ਮੈਂ ਪੂਰੇ ਜਿਹੜੇ ਵੋਟਰ ਨੇ ਇੱਥੋਂ ਦੇ ਉਹਨਾਂ ਨੂੰ ਭਰੋਸਾ ਦਿਵਾਉਂਦਾ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਇਸ ਗੱਲ ਲਈ ਕਮਿਟਡ ਹੈ ਕਿ ਇਹ ਜਿਹੜੇ ਇਲੈਕਸ਼ਨ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਪੂਰੀ ਤਰ੍ਹਾਂ ਨਾਲ ਫੇਅਰ, ਟਰਾਂਸਪੇਰੈਂਟ ਅਤੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਹੀ ਤਰੀਕੇ ਨਾਲ ਨਿਪਰੇ ਚਾੜੇ ਜਾਣਗੇ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ TV।